ਧਿਆਨ ਦੇ ਨਾਲ ਵੇਖੋ ਇਸ ਬੱਚੇ ਨੂੰ, ਕਿਉਂਕਿ ਇਸਦੇ ਮਾਂ ਪਿਓ ਇਸ ਨੂੰ ਦਰਬਾਰ ਸਾਹਿਬ ਛੱਡ ਗਏ ਨੇ ਤਾਂ ਸੀਸੀਟੀਵੀ ਦੇ ਵਿੱਚ ਇਸਦੇ ਮਾਂ ਪਿਓ ਕੈਦ ਵੀ ਹੋਏ ਨੇ, ਜਿਸ ਦੇ ਵਿੱਚ ਬੱਚਾ ਆਪਣੀ ਮਾਂ ਦਾ ਹੱਥ ਫੜ ਕੇ ਜਾਂਦਾ ਨਜ਼ਰ ਆ ਰਿਹਾ ਤੇ ਇਸਦਾ ਪਿਤਾ ਵੀ ਅੱਗੇ ਅੱਗੇ ਤੁਰਦਾ ਜਾ ਰਿਹਾ। ਪਰ ਇਹ ਇਸ ਨੂੰ ਦਰਬਾਰ ਸਾਹਿਬ ਦੇ ਵਿੱਚ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਨੇ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਬੱਚੇ ਨੂੰ ਉਸਦੇ ਘਰ ਤੱਕ ਪਹੁੰਚਾਇਆ ਜਾ ਸਕੇ। ਦੱਸਦੇ ਕਿ ਇਸ ਬੱਚੇ ਦੀ ਉਮਰ 4 ਤੋਂ 5 ਸਾਲ ਹੈ ਤੇ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਇਸਦੇ ਮਾਂ ਪਿਓ ਦਾ ਕੀ ਨਾਮ ਹੈ, ਇਸ ਸੰਬੰਧੀ ਇਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਦੱਸਦੇ ਕਿ ਇਸ ਬੱਚੇ ਦੇ ਲਾਲ ਰੰਗ ਦੀ ਪੂਰੀ ਬਾਹਾਂ ਦੀ ਟੀ ਸ਼ਰਟ ਪਾਈ ਹੈ ਤੇ ਕਾਲੀ ਲੋਅਰ ਪਾਈ ਹੈ। ਫਿਲਹਾਲ ਇਸ ਬੱਚੇ ਨੂੰ ਚਿਲਡਰਨ ਵੈਲਫੇਅਰ ਕਮੇਟੀ ਦੇ ਅੰਦਰ ਪੇਸ਼ ਕੀਤਾ ਗਿਆ ਤੇ ਫਿਰ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ। ਤਾਂ ਦੱਸਦੇ ਕਿ ਦਰਬਾਰ ਸਾਹਿਬ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਆਇਆ ਸੀ ਪਰ ਇਸਦੇ ਮਾਤਾ ਪਿਤਾ ਇਸ ਨੂੰ ਇੱਥੇ ਹੀ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਤੇ ਉਹਨਾਂ ਦੇ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਸ ਮਾਸੂਮ ਬੱਚੇ ਨੂੰ ਆਪਣੇ ਘਰ ਪਹੁੰਚਾਇਆ ਜਾ ਸਕੇ। ਤਾਂ ਮਾਂ ਪਿਓ ਇਸ ਨੂੰ ਇੱਥੇ ਹੀ ਛੱਡ ਗਏ ਨੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਆਪਣੇ ਮਾਪਿਆਂ ਨਾਲ ਜਾਂਦਾ ਹੋਇਆ ਨਜ਼ਰ ਆ ਰਿਹਾ, ਜਿਸ ਤੋਂ ਬਾਅਦ ਇਸ ਨੂੰ ਇਹ ਇੱਥੇ ਹੀ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਸੀ। ਤਾਂ ਬੱਚੇ ਦੀ ਉਮਰ 4 ਤੋਂ 5 ਸਾਲ ਦੇ ਕਰੀਬ ਹੈ ਤੇ ਲਾਲ ਰੰਗ ਦੀ ਪੂਰੀ ਬਾਹਾਂ ਦੀ ਇਸਦੇ ਟੀ ਸ਼ਰਟ ਪਾਈ ਹੈ ਤੇ ਕਾਲੀ ਲੋਅਰ ਪਾਈ ਹੈ। ਸੀਸੀਟੀਵੀ ਕੈਮਰੇ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਕੈਦ ਹੋਇਆ ਸੀ ਤਾਂ ਇਸ ਸੰਬੰਧੀ ਇਸਦੇ ਮਾਤਾ ਪਿਤਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੇ ਜੇਕਰ ਤੁਸੀਂ ਇਸ ਬੱਚੇ ਨੂੰ ਪਹਿਚਾਣਦੇ ਹੋ ਕਿ ਇਹ ਕਿਸ ਇਲਾਕੇ ਦਾ ਤਾਂ ਇਸ ਸੰਬੰਧੀ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਪੁਲਿਸ ਦੇ ਵੱਲੋਂ ਵੀ ਇਸਦੇ ਪਰਿਵਾਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਿਆਨ ਦੇ ਨਾਲ ਵੇਖੋ ਇਸ ਬੱਚੇ ਨੂੰ, ਕਿਉਂਕਿ ਇਸਦੇ ਮਾਂ ਪਿਓ ਇਸ ਨੂੰ ਦਰਬਾਰ ਸਾਹਿਬ ਛੱਡ ਗਏ ਨੇ ਤਾਂ ਸੀਸੀਟੀਵੀ ਦੇ ਵਿੱਚ ਇਸਦੇ ਮਾਂ ਪਿਓ ਕੈਦ ਵੀ ਹੋਏ ਨੇ, ਜਿਸ ਦੇ ਵਿੱਚ ਬੱਚਾ ਆਪਣੀ ਮਾਂ ਦਾ ਹੱਥ ਫੜ ਕੇ ਜਾਂਦਾ ਨਜ਼ਰ ਆ ਰਿਹਾ ਤੇ ਇਸਦਾ ਪਿਤਾ ਵੀ ਅੱਗੇ ਅੱਗੇ ਤੁਰਦਾ ਜਾ ਰਿਹਾ। ਪਰ ਇਹ ਇਸ ਨੂੰ ਦਰਬਾਰ ਸਾਹਿਬ ਦੇ ਵਿੱਚ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਨੇ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਬੱਚੇ ਨੂੰ ਉਸਦੇ ਘਰ ਤੱਕ ਪਹੁੰਚਾਇਆ ਜਾ ਸਕੇ। ਦੱਸਦੇ ਕਿ ਇਸ ਬੱਚੇ ਦੀ ਉਮਰ 4 ਤੋਂ 5 ਸਾਲ ਹੈ ਤੇ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਇਸਦੇ ਮਾਂ ਪਿਓ ਦਾ ਕੀ ਨਾਮ ਹੈ, ਇਸ ਸੰਬੰਧੀ ਇਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਦੱਸਦੇ ਕਿ ਇਸ ਬੱਚੇ ਦੇ ਲਾਲ ਰੰਗ ਦੀ ਪੂਰੀ ਬਾਹਾਂ ਦੀ ਟੀ ਸ਼ਰਟ ਪਾਈ ਹੈ ਤੇ ਕਾਲੀ ਲੋਅਰ ਪਾਈ ਹੈ। ਫਿਲਹਾਲ ਇਸ ਬੱਚੇ ਨੂੰ ਚਿਲਡਰਨ ਵੈਲਫੇਅਰ ਕਮੇਟੀ ਦੇ ਅੰਦਰ ਪੇਸ਼ ਕੀਤਾ ਗਿਆ ਤੇ ਫਿਰ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ। ਤਾਂ ਦੱਸਦੇ ਕਿ ਦਰਬਾਰ ਸਾਹਿਬ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਆਇਆ ਸੀ ਪਰ ਇਸਦੇ ਮਾਤਾ ਪਿਤਾ ਇਸ ਨੂੰ ਇੱਥੇ ਹੀ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਤੇ ਉਹਨਾਂ ਦੇ ਵੱਲੋਂ ਇਸ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਤਾਂ ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਇਸ ਮਾਸੂਮ ਬੱਚੇ ਨੂੰ ਆਪਣੇ ਘਰ ਪਹੁੰਚਾਇਆ ਜਾ ਸਕੇ। ਤਾਂ ਮਾਂ ਪਿਓ ਇਸ ਨੂੰ ਇੱਥੇ ਹੀ ਛੱਡ ਗਏ ਨੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਆਪਣੇ ਮਾਪਿਆਂ ਨਾਲ ਜਾਂਦਾ ਹੋਇਆ ਨਜ਼ਰ ਆ ਰਿਹਾ, ਜਿਸ ਤੋਂ ਬਾਅਦ ਇਸ ਨੂੰ ਇਹ ਇੱਥੇ ਹੀ ਲਵਾਰਿਸ ਹਾਲਾਤਾਂ ਦੇ ਵਿੱਚ ਛੱਡ ਗਏ ਸੀ। ਤਾਂ ਬੱਚੇ ਦੀ ਉਮਰ 4 ਤੋਂ 5 ਸਾਲ ਦੇ ਕਰੀਬ ਹੈ ਤੇ ਲਾਲ ਰੰਗ ਦੀ ਪੂਰੀ ਬਾਹਾਂ ਦੀ ਇਸਦੇ ਟੀ ਸ਼ਰਟ ਪਾਈ ਹੈ ਤੇ ਕਾਲੀ ਲੋਅਰ ਪਾਈ ਹੈ। ਸੀਸੀਟੀਵੀ ਕੈਮਰੇ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਕੈਦ ਹੋਇਆ ਸੀ ਤਾਂ ਇਸ ਸੰਬੰਧੀ ਇਸਦੇ ਮਾਤਾ ਪਿਤਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤੇ ਜੇਕਰ ਤੁਸੀਂ ਇਸ ਬੱਚੇ ਨੂੰ ਪਹਿਚਾਣਦੇ ਹੋ ਕਿ ਇਹ ਕਿਸ ਇਲਾਕੇ ਦਾ ਤਾਂ ਇਸ ਸੰਬੰਧੀ ਪੁਲਿਸ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਪੁਲਿਸ ਦੇ ਵੱਲੋਂ ਵੀ ਇਸਦੇ ਪਰਿਵਾਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।